ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਕਿਸਾਨ ਅੰਦੋਲਨ ਦੀ ਚੇਤਾਵਨੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਚਿੰਤਾ 'ਚ ਪਾਤਾ ਹੈ, ਕਿਉਂਕਿ ਪਿਛਲੇ ਅੰਦੋਲਨਾਂ ਦੌਰਾਨ ਜਾਂ ਧਰਨਿਆਂ ਦੌਰਾਨ ਪੰਜਾਬ ਨੂੰ ਕਾਫੀ ਮੁਸ਼ਕਲਾਂ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਪੰਜਾਬ ਦੇ ਸੈਰ ਸਪਾਟਾ, ਉਦਯੋਗ, ਰੇਲ ਆਵਾਜਾਈ, ਇਹਨਾਂ ਸਾਰਿਆਂ 'ਤੇ ਇਹਨਾਂ ਚੀਜ਼ਾਂ ਦਾ ਅਸਰ ਪਿਆ। ਅਸੀਂ ਇਸੇ 'ਤੇ ਇੱਕ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ ਜੋ ਇਹ ਦਰਸਾਏਗੀ ਕਿ ਪਿਛਲੇ 5 ਸਾਲਾਂ ਦੌਰਾਨ ਜਿੰਨੇ ਵੀ ਅੰਦੋਲਨ ਹੋਏ ਨੇ ਉਹਨਾਂ ਤੋਂ ਪੰਜਾਬ ਨੂੰ ਕਿੰਨਾ ਘਾਟਾ ਸਹਿਣਾ ਪਿਆ। ਆਪ ਸਭੀ ਕੋ ਸੂਚਿਤ ਕੀਆ ਜਾਤਾ ਹੈ ਕਿ ਧਾਰਾ 144 ਲਾਗੂ ਹੈ ਔਰ ਇਸ ਰਾਸਤੇ ਸੇ ਕਿਸੀ ਕੋ ਵੀ ਆਗੇ ਨਹੀਂ ਜਾਣੇ ਦਿਆ ਜਾ ਸਕਤਾ। ਦੋ ਹਜ਼ਾਰ 20-21 ਦੇ ਕਿਸਾਨ ਅੰਦੋਲਨ ਦਾ ਖਾਮਿਆਜ਼ਾ ਪੰਜਾਬ ਅੱਜ ਵੀ ਭੁਗਤ ਰਿਹਾ। ਉਸ ਅੰਦੋਲਨ ਤੋਂ ਬਾਅਦ ਨਿਵੇਸ਼, ਉਦਯੋਗ, ਆਵਾਜਾਈ ਵਰਗੇ ਵਿਕਾਸ ਦੇ ਵੱਖ ਵੱਖ ਮਾਪਦੰਡਾਂ 'ਤੇ ਮਾੜਾ ਅਸਰ ਪਿਆ, ਜਿਸ 'ਚ ਕਈ ਸੰਗਠਨਾਂ ਨੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਕੀਤਾ, ਜਦਕਿ ਇਹ ਸੰਸਥਾਵਾਂ ਅਸਲ ਵਿੱਚ ਕਿਸਾਨਾਂ ਦੀ ਭਲਾਈ ਲਈ ਕਦੀ ਵੀ ਦਿਲਚਸਪੀ ਨਹੀਂ ਰੱਖਦੀਆਂ ਸਨ। ਜਦੋਂ ਪੰਜਾਬ ਸੂਬਾ ਪਿਛਲੇ 3 ਸਾਲਾਂ ਦੌਰਾਨ ਹੋਏ ਲੰਮੇ ਧਰਨੇ ਮੁਜ਼ਾਹਰਿਆਂ ਤੋਂ ਹਜੇ ਤੱਕ ਉਭਰ ਨਹੀਂ ਸਕਿਆ, ਤਾਂ 13 ਫਰਵਰੀ ਨੂੰ ਇੱਕ ਹੋਰ ਵੱਡੇ ਲੜੀਵਾਰ ਅੰਦੋਲਨ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਫਿਰ ਤੋਂ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹੁਣ ਗੱਲ ਕਰਦੇ ਹਾਂ ਆਰਥਿਕ ਵਿਕਾਸ ਯਾਨੀ ਇਕੋਨੋਮਿਕ ਡਿਵੈਲਪਮੈਂਟ ਦੀ। ਦੇਸ਼ 'ਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਪੰਜਾਬ ਹੁਣ 16ਵੇਂ ਸਥਾਨ 'ਤੇ ਹੈ। ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ ਆਲ ਇੰਡੀਆ ਔਸਤ ਨਾਲੋਂ ਘੱਟ ਹੈ ਅਤੇ 5 ਸਾਲਾਂ ਦੌਰਾਨ 2 ਅੰਕਾਂ ਦਾ ਵੀ ਵਾਧਾ ਨਹੀਂ ਕਰ ਸਕਿਆ। ਪਿਛਲੇ 5 ਸਾਲਾਂ 'ਚ ਲਗਾਤਾਰ ਪੰਜਾਬ ਨੇ ਮਾਲੀ ਘਾਟਾ ਔਸਤਨ 70% ਦੇ ਨਾਲ ਦਰਜ ਕੀਤਾ, ਜੋ ਸਾਲ 2019-20 'ਚ 85% ਤੱਕ ਪਹੁੰਚ ਗਿਆ ਸੀ। ਪੰਜਾਬ ਵੱਲੋਂ ਪਿਛਲੇ 5 ਸਾਲਾਂ 'ਚ ਲਏ ਗਏ ਕੁੱਲ ਕਰਜ਼ੇ ਦਾ 70% ਮਾਲੀਆ ਘਾਟੇ ਦੇ ਕਰਜ਼ੇ ਵਜੋਂ ਮੋੜ ਦਿੱਤਾ ਗਿਆ, ਜਿਸ ਕਾਰਨ ਬੁਨਿਆਦੀ ਢਾਂਚਾ, ਵਿਕਾਸ ਵਰਗੇ ਉੱਚ ਗੁਣਵੱਤਾ ਵਾਲੇ ਪੂੰਜੀ ਖਰਚੇ ਲਈ ਘੱਟ ਸਰੋਤ ਉਪਲਬਧ ਹਨ। ਕਰਜ਼ੇ ਦੀ ਰਕਮ ਲਗਾਤਾਰ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕ ਰਹੀ ਹੈ। ਐਸੋਚੈਮ ਦੇ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਅਰਥ ਵਿਵਸਥਾਵਾਂ ਨੂੰ ਕਿਸਾਨ ਅੰਦੋਲਨ ਦੌਰਾਨ ਹਰ ਰੋਜ਼ ਕਰੀਬ 3500 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਜ਼ਿਕਰਯੋਗ ਹੈ ਕਿ ਇਹਨਾਂ ਸਾਰੇ ਅੰਦੋਲਨਾਂ ਦੀ ਸ਼ੁਰੂਆਤ ਪੰਜਾਬ 'ਚ ਹੋਈ, ਕਿਉਂਕਿ ਇਹ ਕਿਸਾਨ ਗਰੁੱਪ ਸੂਬੇ ਵਿੱਚ ਹੀ ਹਨ। ਹੁਣ ਗੱਲ ਕਰਦੇ ਹਾਂ ਨਿਵੇਸ਼ ਦੀ ਯਾਨੀ ਇਨਵੈਸਟਮੈਂਟ। MSME ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਕਨਫੈਡਰੇਸ਼ਨ ਆਫ ਔਰਗੈਨਿਕ ਫੂਡ ਪ੍ਰੋਡਿਊਸਰਸ ਐਂਡ ਮਾਰਕੀਟਿੰਗ ਏਜੰਸੀਜ ਯਾਨੀ COII ਵੱਲੋਂ ਕਰਵਾਏ ਗਏ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਪੰਜਾਬ 'ਚ ਨਿਵੇਸ਼ ਸਾਲ 2022-23 'ਚ 23,655 ਕਰੋੜ ਰੁਪਏ ਦੇ ਮੁਕਾਬਲੇ 85% ਘੱਟ ਕੇ 3492 ਕਰੋੜ ਰਹਿ ਗਿਆ ਸੀ, ਜਦਕਿ ਸਾਲ 2018-19 'ਚ ਨਿਵੇਸ਼ ਕਰੀਬ 43,223 ਕਰੋੜ ਸੀ। ਕਿਸੇ ਸਮੇਂ ਉਦਯੋਗਿਕ ਵਿਕਾਸ 'ਚ ਮੋਰੀ ਰਿਹਾ ਪੰਜਾਬ ਅੱਜ ਆਪਣੇ ਟੁੱਟ ਚੁੱਕੇ ਹਿੱਸਿਆਂ ਹਰਿਆਣਾ ਅਤੇ ਹਿਮਾਚਲ ਤੋਂ ਵੀ ਪਿੱਛੇ ਹੈ। ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਆਰਥਿਕ ਸਰਵੇਖਣ ਵਾਈਟ ਪੇਪਰ 2022-23 ਦੇ ਮੁਤਾਬਕ ਪਿਛਲੇ 5 ਸਾਲਾਂ 'ਚ ਕਰੀਬ 60,000 ਉਦਯੋਗ ਅਤੇ 2 ਲੱਖ
ਕਰੋੜ ਰੁਪਏ ਦਾ ਕਾਰੋਬਾਰ ਪੰਜਾਬ ਤੋਂ ਬਾਹਰ ਚਲਾ ਗਿਆ। ਮੁੱਖ ਤੌਰ 'ਤੇ ਅੰਦੋਲਨਾਂ ਅਤੇ ਇਸ ਦੇ ਬਾਅਦ ਦੇ ਪ੍ਰਭਾਵਾਂ ਦੇ ਨਤੀਜੇ ਮਾੜੀ ਕਾਨੂੰਨ ਵਿਵਸਥਾ, ਜ਼ਿਆਦਾ ਖਰਚੇ ਅਤੇ ਬਿਜਲੀ 'ਤੇ ਵੇਖੇ ਗਏ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਯਾਨੀ CII ਦੇ ਮੁਤਾਬਕ ਪੰਜਾਬ 'ਚ ਉਦਯੋਗਿਕ ਖੇਤਰ 'ਚ 2015-16 ਤੋਂ ਔਸਤਨ ਸਿਰਫ 6.7% ਵਾਧਾ ਹੋਇਆ। ਅੰਦੋਲਨਾਂ ਦਾ ਅਸਰ ਕਾਰੋਬਾਰ ਕਰਨ ਦੀ ਸੌਖ 'ਤੇ ਵੀ ਮਹਿਸੂਸ ਕੀਤਾ ਗਿਆ ਸੀ, ਜਿਸ 'ਚ ਪੰਜਾਬ ਇਸ ਸਮੇਂ ਸੂਚਕਾਂਕ ਹੇਠਲੇ 10 'ਚ ਹੈ। ਇੱਥੋਂ ਤੱਕ ਕਿ ਗੁਆਂਢੀ ਰਾਜ ਹਰਿਆਣਾ 'ਚ ਲਗਭਗ 10% ਦੇ ਮੁਕਾਬਲੇ ਪੰਜਾਬ 'ਚ ਸੇਵਾ ਖੇਤਰ 'ਚ ਵੀ 7% ਦੇ ਨੇੜੇ ਵਿਕਾਸ ਦੀ ਰਫ਼ਤਾਰ ਮੱਠੀ ਰਹੀ ਹੈ। ਹੁਣ ਗੱਲ ਕਰਦੇ ਹਾਂ ਉਦਯੋਗਿਕ ਵਿਕਾਸ ਅਤੇ ਆਵਾਜਾਈ ਯਾਨੀ ਇੰਡਸਟਰੀਅਲ ਡਿਵੈਲਪਮੈਂਟ ਅਤੇ ਟਰਾਂਸਪੋਰਟੇਸ਼ਨ ਦੀ। NHAI ਨੇ ਦਸੰਬਰ 2021 'ਚ ਸੰਸਦ ਨੂੰ ਸੂਚਿਤ ਕੀਤਾ ਕਿ ਟੋਲ ਪਲਾਜ਼ਾ ਦੀ ਉਗਰਾਹੀ ਨੂੰ ਪ੍ਰਭਾਵਿਤ ਕਰਨ ਵਾਲੇ ਕਿਸਾਨ ਅੰਦੋਲਨ ਕਾਰਨ ਅਕਤੂਬਰ 2020 ਤੋਂ ਪੰਜਾਬ ਨੂੰ 1,259.42 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪੰਜਾਬ ਅਤੇ ਹਰਿਆਣਾ 'ਚ ਕਿਸਾਨ ਅੰਦੋਲਨ ਕਾਰਨ 24 ਸੜਕੀ ਪ੍ਰੋਜੈਕਟਾਂ 'ਚ ਟੋਲ ਮੁਅੱਤਲ ਕਰ ਦਿੱਤਾ ਗਿਆ ਸੀ। 13 ਬਿਲਡ ਓਪਰੇਟਰ ਟ੍ਰਾਂਸਫਰ BOT ਨੈਸ਼ਨਲ ਹਾਈਵੇ ਪ੍ਰੋਜੈਕਟ ਅਤੇ 11 BOT ਸਟੇਟ ਹਾਈਵੇ ਪ੍ਰੋਜੈਕਟ ਵੀ ਅੰਦੋਲਨ ਤੋਂ ਪ੍ਰਭਾਵਿਤ ਹੋਏ ਸਨ। ਲੋਕ ਸੰਪਰਕ ਵਿਭਾਗ ਉੱਤਰੀ ਰੇਲਵੇ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ 'ਚ ਮਾਲੀ ਅਤੇ ਯਾਤਰੀ ਰੇਲ ਗੱਡੀਆਂ ਨੂੰ ਮੁਅੱਤਲ ਕਰਨ ਕਾਰਨ 891 ਕਰੋੜ ਰੁਪਏ ਦੇ ਮਾਲੀਏ ਦੇ ਘਾਟੇ ਅਤੇ ਕੁੱਲ ਕਮਾਈ ਦੇ 2200 ਕਰੋੜ ਰੁਪਏ ਦੇ ਨੁਕਸਾਨ ਦਾ ਹਵਾਲਾ ਦਿੱਤਾ ਹੈ। ਰੇਲ ਰੋਕੋ ਅੰਦੋਲਨ ਕਾਰਨ ਕੋਲੇ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ, ਜਿਸ ਤੋਂ ਬਾਅਦ ਬਿਜਲੀ ਉਤਪਾਦਨ ਘਟਣ ਕਾਰਨ ਪੰਜਾਬ 'ਚ ਬਿਜਲੀ ਬੰਦ ਹੋਣ ਅਤੇ ਭਾਰੀ ਲੋਡ ਸ਼ੈਡਿੰਗ ਦਾ ਪ੍ਰਭਾਵ ਪਿਆ ਸੀ। PSPCL ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੇਂਦਰੀ ਐਕਸਚੇਂਜ ਗ੍ਰਿਡ ਤੋਂ ਮਹਿੰਗੀ ਬਿਜਲੀ ਖਰੀਦਣ ਨਾਲ ਉਹਨਾਂ ਨੂੰ 200 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪੰਜਾਬ ਦੇ ਉਦਯੋਗ ਅਤੇ ਕਾਮਰਸ ਵਿਭਾਗ ਨੇ ਰੇਲ ਗੱਡੀਆਂ ਦੇ ਨਾ ਚੱਲਣ ਕਾਰਨ ਪੰਜਾਬ ਵਿੱਚ ਉਦਯੋਗਿਕ ਗਤੀਵਿਧੀਆਂ ਦੇ ਮੁੱਖ ਕੇਂਦਰ ਲੁਧਿਆਣਾ 'ਚ 16,730 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ। ਹੁਣ ਗੱਲ ਕਰਦੇ ਹਾਂ ਸੈਰ ਸਪਾਟਾ ਯਾਨੀ ਟੂਰਿਜ਼ਮ ਦੀ। ਪੰਜਾਬ ਭਰ 'ਚ ਅੰਦੋਲਨਾਂ ਅਤੇ ਨਾਕਾਬੰਦੀਆਂ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਨੂੰ ਭਾਰੀ ਸੱਟ ਵੱਜੀ ਹੈ। ਸੈਲਾਨੀਆਂ ਵਿੱਚ ਕਮੀ ਨੂੰ ਹੇਠਾਂ ਸਪਸ਼ਟ ਰੂਪ ਨਾਲ ਵੇਖਿਆ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਪ੍ਰਵਾਸ ਯਾਨੀ ਮਾਈਗ੍ਰੇਸ਼ਨ ਦੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 13 ਜਨਵਰੀ 2024 ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪਿਛਲੇ 3 ਦਹਾਕਿਆਂ 'ਚ ਪੰਜਾਬ ਦੇ ਪੇਂਡੂ ਖੇਤਰਾਂ ਤੋਂ ਪ੍ਰਵਾਸ 'ਚ ਲਗਾਤਾਰ ਵਾਧਾ ਹੋਇਆ, ਜਿਸ 'ਚ 42% ਵਸਨੀਕ ਕਨੇਡਾ, 16% ਦੁਬਈ, 10% ਆਸਟ੍ਰੇਲੀਆ, 6% ਇਟਲੀ ਚਲੇ ਗਏ। ਇਹਨਾਂ ਕਾਰਨਾਂ 'ਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ, ਬੇਰੁਜ਼ਗਾਰੀ, ਭ੍ਰਿਸ਼ਟ ਪ੍ਰਣਾਲੀ ਅਤੇ ਘੱਟ ਆਮਦਨ ਦਾ ਜ਼ਿਕਰ ਵੀ ਕੀਤਾ ਗਿਆ ਸੀ। ਪੰਜਾਬ ਵਿੱਚ ਮੈਡੀਕਲ ਸਪਲਾਈ, ਐਮਰਜੈਂਸੀ ਸੇਵਾਵਾਂ, ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਅਤੇ ਹੋਰ FMCG ਉਤਪਾਦਾਂ ਦੀ ਘਾਟ ਕਾਰਨ ਜਨਤਕ ਜੀਵਨ ਅੰਦੋਲਨਾਂ ਤੋਂ ਪ੍ਰਭਾਵਿਤ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਆਮ ਤੌਰ 'ਤੇ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਤਰਨ ਤਾਰਨ 'ਚ ਰੇਲ ਪਟੜੀਆਂ ਨੂੰ ਜਾਮ ਕਰ ਦਿੱਤਾ, ਜਿਸ ਨਾਲ ਰੇਲ ਗੱਡੀਆਂ ਨੂੰ ਵੱਡੇ ਪੱਧਰ 'ਤੇ ਰੱਦ ਹੋਣਾ ਪਿਆ ਸੀ। ਇਸ ਨਾਲ ਜੰਮੂ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਖੇਤਰ ਦੀਆਂ ਆਪਸ 'ਚ ਜੁੜੀਆਂ ਆਰਥਿਕਤਾਵਾਂ 'ਤੇ ਮਾੜਾ ਅਸਰ ਪਿਆ। ਜਨਵਰੀ 2020 ਵਿੱਚ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਗਠਿਤ ਇੱਕ ਮਾਹਰ ਕਮੇਟੀ ਨੇ ਕਿਹਾ ਕਿ ਕਰੀਬ
3.3 ਕਰੋੜ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਕਰੀਬ 85.7 ਕਿਸਾਨ ਸੰਗਠਨਾਂ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਹੈ। ਕਮੇਟੀ ਨੇ ਸਿਫਾਰਿਸ਼ ਕੀਤੀ ਕਿ ਇਹਨਾਂ ਫਾਰਮ ਕਾਨੂੰਨਾਂ ਨੂੰ ਰੱਦ ਕਰਨਾ ਜਾਂ ਲੰਮਾ ਸਮਾਂ ਮੁਅੱਤਲ ਕਰਨਾ ਇਸ ਲਈ ਇਸ ਚੁੱਪ ਬਹੁਗਿਣਤੀ ਨਾਲ ਬੇਇਨਸਾਫੀ ਹੋਵੇਗੀ ਜੋ ਫਾਰਮ ਕਾਨੂੰਨਾਂ ਦਾ ਸਮਰਥਨ ਕਰਦੇ ਹਨ। ਲਗਾਤਾਰ ਹੋ ਰਹੇ ਧਰਨਿਆਂ ਕਾਰਨ ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਹੋਏ ਨੁਕਸਾਨ ਦੇ ਬਾਵਜੂਦ 13 ਫਰਵਰੀ 2024 ਨੂੰ ਫਿਰ ਤੋਂ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ। ਇਹ ਅਜਿਹੇ ਧਰਨਿਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਇੱਕ ਗੰਭੀਰ ਯਾਦ ਦਿਵਾਉਂਦਾ ਹੈ ਜੋ ਕਿ ਇਹਨਾਂ ਧਰਨਿਆਂ ਨੂੰ ਅੱਗੇ ਵਧਾਉਣ ਦੀ ਸਮਰੱਥਾ ਰੱਖਦੇ ਹਨ। ਪੰਜਾਬ ਦਾ ਆਰਥਿਕ ਵਿਕਾਸ ਟੈਟੇਰੀ ਦੇ ਕੰਢੇ ਪਹੁੰਚ ਗਿਆ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਅਤੇ ਆਪਸ 'ਚ ਜੁੜੇ ਸੂਬਿਆਂ ਦੇ ਵਸਨੀਕਾਂ ਦਾ ਦਿਨ ਪ੍ਰਤੀ ਦਿਨ ਇਸ ਵਾਰ ਫਿਰ ਤਰਸਯੋਗ ਹੋ ਜਾਵੇਗਾ। ਆਪ ਸਭੀ ਕੋ ਸੂਚਿਤ ਕੀਆ ਜਾਤਾ ਹੈ ਕਿ ਧਾਰਾ 144 ਲਾਗੂ ਹੈ ਔਰ ਇਸ ਰਾਸਤੇ ਸੇ ਕਿਸੀ ਕੋ ਵੀ ਆਗੇ ਨਹੀਂ ਜਾਣੇ ਦਿਆ ਜਾ ਸਕਤਾ।